ਕਿੱਥੇ ਗਏ ਤੁਸੀਂ? ਭੋਗਦੇ ਗਏ ਤੇਜਵੀਰ ਸਿੰਘ, ਹਾਥੀ ਗੇੜ ਬਾਹਰ ਵਾਲਾ, ਹਾਥੀ ਗੇੜ ਬੈਂਕ ਦੇ ਸਾਹਮਣੇ ਜੀ। ਮੈਂ ਭੋਗਦੇ ਗਿਆ ਜੀ ਕੋਈ 10-10:30 ਵਜੇ ਨਾਲ ਜੀ। ਮੇਰੀ ਭੂਆ ਜੀ ਡੈਥ ਹੋਈ ਸੀ ਅਤੇ ਅੱਜ ਭੋਗ ਹੀ ਮਸਾਣੀਆਂ ਪਿੰਡ। ਮੈਂ ਅਤੇ ਮੇਰੀ ਬੇਟੀ ਅਤੇ ਮੇਰੀ ਵਾਈਫ ਚਲ ਗਏ ਜੀ। ਕਰੀਬ ਜੀ 10:30 ਵਜੇ ਜਾਣੇ ਘਰੋਂ ਨਿਕਲੇ ਜੀ। ਉਸ ਤੋਂ ਬਾਅਦ ਜੋ ਵਾਕਿਆ ਹੋਇਆ ਜੀ, ਉਸ ਤੋਂ ਬਾਅਦ ਹੋਇਆ ਅਤੇ ਮੈਨੂੰ, ਮੈਂ ਉੱਥੇ ਖੰਡਪਾਠ ਸਾਹਿਬ ਦਾ ਭੋਗ ਪਿਆ, ਅਰਦਾਸ ਬੇਨਤੀ ਹੋਣ ਦੇ ਹੀ ਉਹਦੇ ਵਿੱਚ ਹੀ ਮੈਨੂੰ ਫੋਨ ਗਿਆ ਸਾਨੂੰ ਉੱਥੇ ਗਿਆ ਜੀ ਵੀ ਤੁਹਾਡੇ ਘਰ ਦੇ ਜੰਦਰੇ ਟੁੱਟ ਗਏ। ਘਰ ਦੇ ਆ ਕੇ ਵੇਖਿਆ ਜੰਦਰਾ ਦੇ ਆਹ ਖਲਾਰਾ ਪਿਆ ਜੀ। ਜਿੱਥੋਂ ਪਤਾ ਲੱਗਾ ਆ ਕੇ ਚੈੱਕ ਕੀਤਾ, ਜਿੰਨਾ ਹੀ ਸੋਨਾ ਬਣਾਇਆ ਸੀ ਆਪਣੀ ਬੇਟੀ ਵਾਸਤੇ, ਜੋ ਵੀ ਸਾਡਾ ਘਰ ਦਾ ਸੋਨਾ ਸੋਨਾ ਸੀ ਸਾਰਾ ਲੈ ਗਏ ਵੀ ਕਿ ਸੋਨੇ ਦੀਆਂ ਚੈਨਾਂ ਕੜੇ ਸੀ। ਹੁਣ ਡਿਟੇਲ 'ਤੇ ਨਹੀਂ, ਡਿਟੇਲ 'ਤੇ ਲੇਡੀਜ਼ ਨੂੰ ਬਹੁਤਾ ਪਤਾ ਹੁੰਦਾ ਜੀ। ਤਰੀਕੀਬ ਕੋਈ 5 ਲੱਖ ਦੇ ਕਰੀਬ, 4-5 ਲੱਖ ਨਕਦੀ ਗਈ ਹੈ ਜੀ। ਹੋਰ ਕੋਈ ਐਵੇਂ ਬਹੁਤ ਹੀ ਨਹੀਂ, ਜ਼ਿਆਦਾ ਨਹੀਂ, 25-30 ਹਜ਼ਾਰ ਰੁਪਈਆ ਲੱਗ ਗਿਆ। ਘਟਨਾ ਸਾਰੀ ਮੈਂ ਤਾਂ 10:30 ਵਜੇ ਗਿਆ ਜੀ, ਇਸ ਤੋਂ ਬਾਅਦ ਦੀ ਘਟਨਾ ਹੁਣ ਦਾ ਟਾਈਮ ਲੈ ਤਾਂ ਉਹਦੇ ਵਿਚਕਾਰ ਹੀ ਹੋਈ ਵੀ 11 ਵਜੇ ਤੋਂ ਲੈ ਕੇ 12 ਵਜੇ ਦੇ ਵਿੱਚ ਘਟਨਾ ਹੋ ਗਈ। ਕੰਪਲੇਂਟ ਦਿੱਤੀ ਹੈ ਜੀ, ਅਜੇ ਤੱਕ ਤਾਂ ਪੁਲਿਸ ਕੋਈ ਨਹੀਂ ਆਈ ਜੀ। CCTV ਆ ਗਿਆ ਜੀ, ਉਹ ਆ ਕੇ ਪੁਲਿਸ ਵੇਖੇਗੀ ਜੀ। ਬੈਂਕ ਦੇ ਵੀ ਆ ਗਿਆ ਸਾਹਮਣੇ, ਹੋਰ ਕੋਈ ਵੀ ਨਹੀਂ ਘਰ ਜੀ, ਘਰ ਬੰਦ। ਸਰ, ਸਾਨੂੰ ਸਭ ਤੋਂ ਪਹਿਲਾਂ ਤਾਂ ਥਾਣੇ 'ਚ ਫੋਨ ਕਾਲਸ ਰਾਹੀਂ ਇਤਲਾਹ ਮਿਲੀ ਹੈ ਕਿ ਤੇਜਵੀਰ ਸਿੰਘ ਸਨ ਆਫ ਨਿਰਮਲ ਸਿੰਘ ਆਊਟਸਾਈਡ ਹਾਥੀ ਗੇਟ ਬਟਾਲਾ, ਇੱਥੇ ਮਤਲਬ ਹੈ ਕਿਤੇ ਬਾਹਰ ਗਏ ਹੋਏ ਸੀਗੇ ਅਤੇ ਇਹਨਾਂ ਦੇ ਪਿੱਛੇ ਕਿਸੇ ਨੇ ਤਾਲੇ ਤੋੜ ਕੇ ਇਹਨਾਂ ਘਰੋਂ ਚੋਰੀ ਕਰ ਲਈ ਹੈ, ਜਿਹਦੇ ਵਿੱਚ ਤਕਰੀਬਨ 6-7 ਤੋਲੇ ਸੋਨਾ ਅਤੇ ਪਲੱਸ 20,000 ਰੁਪਏ ਜਿਹੜੇ ਹੈਗੇ ਸਾਨੂੰ ਚੋਰੀ ਹੋਣ ਦੀ ਇਹਨਾਂ ਤੋਂ ਖਬਰ ਮਿਲੀ ਹੈ ਅਤੇ ਆਸ ਪਾਸ ਲੱਗੇ ਹੋਏ ਕੈਮਰਿਆਂ ਤੋਂ ਆਪਾਂ ਜਾਂਚ ਕਰਾਂਗੇ ਕਿ ਨਾਲੇ ਅਸੀਂ ਸ਼ੱਕੀ ਜੋ ਲੋਕ ਹੈ ਉਹਨਾਂ ਵੱਲੋਂ ਮਤਲਬ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ ਜਲਦ ਤੋਂ ਜਲਦ। ਸਰ, ਇਹ ਤਾਂ ਹੁਣ ਡਿਪੈਂਡ ਕਰਦਾ ਹੈ ਕਿ ਸਾਨੂੰ ਸਭ ਤੋਂ ਪਹਿਲਾਂ ਆਪਾਂ ਕੈਮਰੇਜ਼ ਚੈੱਕ ਕਰਾਂਗੇ, ਜੇ ਤਾਂ ਸਾਨੂੰ ਮਤਲਬ ਅੱਛੀ ਮਤਲਬ ਪਤਾ ਲੱਗ ਜਾਂਦਾ ਕਿ ਲੋਕ ਕਿਹੜੇ ਆ, ਫਿਰ ਤਾਂ ਅਸੀਂ ਜਲਦੀ ਤੋਂ ਜਲਦੀ ਕੋਸ਼ਿਸ਼ ਕਰਾਂਗੇ ਕਿ ਸਾਨੂੰ ਚੋਰਾਂ ਦਾ ਪਤਾ ਲੱਗ ਸਕੇ ਅਤੇ ਫਿਲਹਾਲ ਆਪਾਂ ਇਨਵੈਸਟੀਗੇਸ਼ਨ ਕਰਾਂਗੇ, ਫਿਰ ਤੁਹਾਨੂੰ ਬਹੁਤ ਜਲਦ ਅਸੀਂ ਦੱਸ ਦਾਂਗੇ।